ਬਹੁਤ ਸੋਹਣਾ ਮਹਾਰਾਜ ਜੀ ਤੁਹਾਡਾ ਕਰ ਦਿੱਤਾ ਜਿਹੜਾ ਤੁਸੀਂ ਮੇਰੇ ਵਾਸਤੇ, ਤੁਹਾਡੀ ਸਭਾ ਸੀ ਮਹਾਰਾਜ ਜੀ, ਮੈਂ ਤਾਂ ਤੁਹਾਡਾ ਦੇਣ ਹੀ ਨਹੀਂ ਦੇ ਸਕਦਾ ਕਦੇ। ਮਹਾਰਾਜ ਜੀ ਅਸੀਂ ਤਾਂ ਤੁਹਾਡੇ ਤੇ ਛੁੱਟੀ ਜੋ ਵੀ ਕਰਤਾ ਤੁਸੀਂ ਕਰਨਾ, ਚਲੋ ਕਰਨਾ ਤਾਂ ਪਰਮਾਤਮਾ ਹੀ ਆ। ਪਹਿਲੀ ਵਾਰ ਆਪਾਂ ਮਹਾਰਾਜ ਜੀ ਪਾਣੀ 'ਚ ਆ ਸਕਦੇ ਹਾਂ। ਪਾਣੀ ਨਹੀਂ ਮਿਲਦਾ ਨਹਾਉਣ ਨੂੰ, ਲੀੜੇ ਧੋਣ ਆਏ ਪਏ ਰਹਿੰਦੇ ਸੀ ਅਤੇ ਨਹਾਉਣ ਨੂੰ ਇਹਦੇ ਸੜ ਗਏ ਸਾਰੀਆਂ ਗਰਮੀਆਂ। ਸਤਸੰਗ ਜੀ, ਤੁਸੀਂ ਪਿਛਲੇ ਦਿਨੀ ਇੱਕ ਵੀਡੀਓ ਦੇਖੀ ਹੋਣੀ ਆ, ਪਿੰਡ ਜੌਹਲ ਢਾਏਵਾਲ ਜ਼ਿਲ੍ਹਾ ਤਰਨ ਤਾਰਨ, ਇੱਕ ਮੰਦਬੁੱਧੀ ਭੈਣ ਦੇ ਘਰ ਦੀ ਖਾਲਸਾ ਏਡ ਦੀ ਸੇਵਾਦਾਰਾਂ ਵੱਲੋਂ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਸਫਾਈ ਕੀਤੀ ਗਈ ਸੀ। ਉਸ ਘਰ ਦੇ ਵਿੱਚ ਖਾਲਸਾ ਏਡ ਵੱਲੋਂ ਇੱਕ ਬੋਰ ਕਰਾ ਕੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਸੋ ਪਿਛਲੇ ਦਿਨੀ ਬੋਰ ਸ਼ੁਰੂ ਕੀਤਾ ਸੀ ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਉਹ ਬੋਰਾ ਹੋ ਗਿਆ ਅਤੇ ਅੱਜ ਉਸ ਭੈਣ ਦੇ ਘਰ ਮੋਟਰ ਪੈ ਗਈ ਹੈ। ਤੁਸੀਂ ਦੇਖ ਸਕਦੇ ਹੋ, ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਇਸ ਘਰ ਦੇ ਵਿੱਚ ਪਾਣੀ ਆਇਆ ਖੁੱਲ੍ਹ ਕੇ, ਕਿਉਂਕਿ ਇਸ ਪਰਿਵਾਰ ਨੂੰ ਪੀਣ ਵਾਲਾ ਪਾਣੀ ਤਾਂ ਛੱਡੋ ਜਾਂ ਨਹਾਉਣ ਵਾਲਾ ਪਾਣੀ, ਇਹਨਾਂ ਕੋਲ ਬਿਲਕੁਲ ਵੀ ਹੈ ਨਹੀਂ ਸੀ, ਬਿਲਕੁਲ ਸੀਮਤ ਸੀ, ਕਿਉਂਕਿ ਇਹ ਬਾਹਰੋਂ ਜਾ ਕੇ ਲੈ ਕੇ ਆਉਂਦੇ ਸੀ ਬੱਚੇ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਮੋਟਰ ਚੱਲ ਰਹੀ ਹੈ। ਇਹ ਸਭ ਸੰਗਤ ਦੇ ਸਹਿਯੋਗ ਦੇ ਸਦਕਾ ਹੋਇਆ, ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਸਦਕਾ ਹੋਇਆ। ਤੁਸੀਂ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ, ਜਦੋਂ ਪਰਿਵਾਰ 'ਚ ਪਹਿਲੀ ਵਾਰ ਆਏ ਸੀ ਤਾਂ ਇਹ ਘਰ ਦੇ ਵਿੱਚ ਸਭ ਤੋਂ ਵੱਧ ਗੰਦ ਸੀ, ਅਤੇ ਅੱਜ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਸਹਿਯੋਗ ਦੇ ਸਦਕਾ, ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਸਦਕਾ ਇਸ ਘਰ ਦੇ ਵਿੱਚ ਸਫਾਈ ਵੀ ਆ, ਅਤੇ ਆਹ ਖੜ੍ਹਾ ਪਰਿਵਾਰ ਜਾਂ ਸਾਡੀ ਭੈਣ ਆ ਬੱਚੀਆਂ ਅਤੇ ਆਹ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਨੇਪਰੇ ਚੜ੍ਹੇ ਨੇ, ਅੱਜ ਇਹ ਪਰਿਵਾਰ ਵੀ ਖੁਸ਼ ਹੈ। ਸੋ ਅਸੀਂ ਪਿੰਡ ਦੇ ਨੌਜਵਾਨਾਂ ਵੱਲੋਂ, ਪਿੰਡ ਜੌਹਲ ਢਾਏਵਾਲ ਵੱਲੋਂ ਅਤੇ ਖਾਲਸਾ ਏਡ ਵੱਲੋਂ ਸੰਗਤ ਦਾ ਖਾਸ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦੇ ਸੰਬੰਧ ਦੇ ਤਹਿਤ ਇਹੋ ਜਿਹੇ ਕਾਰਜ ਨੇਪਰੇ ਚੜ੍ਹਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।